ਅਸਲਾਮੁਅਲੈਕਮ ਦੋਸਤੋ, ਕੀ ਹਾਲ ਤੁਹਾਡਾ? ਭਰਾ ਇਜਾਜ਼ ਤਾਰੜ, ਤੁਸੀਂ ਵੇਖ ਰਹੇ ਜੇ ਤਾਰੜ ਐਗਰੀ ਯੂਟਿਊਬ ਚੈਨਲ ਐਂਡ ਇਜਾਜ਼ ਤਾਰੜ ਐਗਰੋ ਪੇਜ। ਅੱਜ ਅਸੀਂ ਮੌਜੂਦ ਹਾਂ ਜਨਾਬਿਆ ਲਈ ਪਾਕ ਐਗਰੋ। ਇਸ ਵੀਡੀਓ ਇਸ ਸ਼ੋਰੂਮ ਦੀ ਅੱਗੇ ਵੀ ਕਾਫੀ ਤੁਸੀਂ ਭਰਾਵਾਂ ਸੱਜਣਾ ਵੇਖੀਆਂ ਨੇ। ਅੱਜ ਤਕਰੀਬਨ ਕੁ ਸਾਲ ਡੇਢ ਸਾਲ ਬਾਅਦ ਅਸੀਂ ਫਿਰ ਜਨਾਬ ਪਾਕ ਐਗਰੋ 'ਤੇ ਆਏ ਹਾਂ। ਮਾਸ਼ਾਅੱਲਾ, ਭਾਈ ਸ਼ਫਾਕ ਜਨਾਬ ਬਦਾਤੇ ਖੁਦ ਆਏ ਨੇ, ਜਿਹੜੇ ਇਸ ਮਸ਼ੀਨਰੀ ਨੂੰ ਜਨਾਬਿਆ ਲਈ ਇੰਪੋਰਟ ਕਰਨ ਵਾਲੇ ਨੇ, ਸਾਰਾ ਕਾਰੋਬਾਰ ਕਰਦੇ ਨੇ। ਮਾਸ਼ਾਅੱਲਾ, ਇਹ ਆਏ ਨੇ ਦੇ ਨਾਲ ਸਾਨੂੰ ਆਖਿਆ ਜਨਾਬਿਆ ਦੀ ਕਹੋ ਸਾਡੇ ਨਾਲ ਸਾਨੂੰ ਮਿਲ ਜਾਓ, ਮੁਲਾਕਾਤ ਕਰ ਜਾਓ। ਅਤੇ ਅਸੀਂ ਵੀ ਆਖੀਏ ਚਲੋ ਜੀ ਫੇਰਾ ਮਾਰੀਏ। ਮਾਸ਼ਾਅੱਲਾ, ਮਸ਼ੀਨਾਂ ਦਾ ਇਸ ਟਾਈਮ ਜਨਾਬਿਆ ਲਈ ਪੂਰਾ ਜੰਕਸ਼ਨ ਹੈ, ਅਤੇ ਇਸ ਟਾਈਮ ਸੀਜ਼ਨ ਵੀ ਪੂਰੇ ਰੂਜ 'ਤੇ ਵੇ, ਅਤੇ ਮਸ਼ੀਨਾਂ ਵਾਲੇ ਮੇਰੇ ਭਰਾ ਸੱਜਣ ਵੀਰ, ਕਿਸੇ ਨਵੀਆਂ ਮਸ਼ੀਨਾਂ ਲੈਣੀਆਂ ਹੁਣ, ਪੈਸੇ ਚੰਗੇ ਕਮਾ ਕੇ ਅਤੇ ਫਿਰ ਵਾਪਸ ਆਇਓ ਸੀਜ਼ਨ 'ਤੇ। ਭਾਈ ਸ਼ਫਾਕ ਕੋਲ ਪੁੱਛਦੇ ਹਾਂ ਜਨਾਬਿਆ ਲਈ ਕਿਹੜਾ ਕਿਹੜਾ ਜਨਾਬ ਇੱਥੇ ਮਾਡਲ ਕਿਹੜਾ ਸਾਡੇ ਨਾਲ ਨਾਲ ਰਹੇ ਹੋ, ਵੀਡੀਓ ਮੁਕੰਮਲ ਜ਼ਰੂਰ ਵੇਖਿਓ, ਕਿਹੜਾ ਕਿਹੜਾ ਮਾਡਲ, ਕਿਹੜੇ ਕਿਹੜੇ ਜਨਾਬਿਆ ਲਈ ਕੰਡੀਸ਼ਨ ਦੀਆਂ, ਅਤੇ ਕਿਹੜੇ ਕਿਹੜੇ ਹਿਸਾਬ ਕਿਤਾਬ 'ਚ ਮਸ਼ੀਨਾਂ ਇੱਥੇ ਖੜੀਆਂ ਤੁਹਾਡੇ ਸਾਹਮਣੇ ਤਾਂ ਨਜ਼ਰ ਆ ਰਿਹਾ। ਮਾਸ਼ਾਅੱਲਾ, ਮਸ਼ੀਨਾਂ ਕਾਫੀ ਸਾਰੀ ਤਾਦਾਦ ਦੇ ਵਿੱਚ ਮੌਜੂਦ ਨੇ, ਤੇ ਤੁਹਾਡਾ ਗੱਲਬਾਤ ਕਰਨੇ ਕਰਾਉਂਦੇ ਆ। ਭਾਈ ਸ਼ਫਾਕ ਜੀ, ਅਸਲਾਮ ਅਲੈਕਮ ਜੀ। ਜੀ ਵੈਲਕਮ। ਕੀ ਹਾਲ ਭਾਈ ਜਾਨ? ਅਲਹਮਦੁਲਿਲਾ ਭਾਈ। ਨਾਓ ਘਰ ਪਰ ਖਰੀਆ ਤੇ? ਜੀ A1 ਤੁਹਾਡਾ ਸ਼ੁਕਰੀਆ। ਪਹਿਲੇ ਨੰਬਰ ਤੇ ਤੁਸੀਂ ਇਤਨਾ ਸਫਰ ਕਰਕੇ ਸਾਡੇ ਆਹਣੇ ਤੇ ਆਏ ਹੋ, ਤੁਹਾਡੇ ਪਿਆਰ, ਤੁਹਾਡਾ ਮੁਹੱਬਤ ਕਿ ਰਾਤੀ ਤੁਹਾਨੂੰ ਆਖਿਆ ਤੁਸੀਂ ਸਵੇਰ ਪਹੁੰਚ ਗਏ, ਬੜੀ ਗੱਲ ਹੈ। ਮਾਸ਼ਾਅੱਲਾ, ਮਸ਼ੀਨਾਂ ਜੈਸੇ ਜੀ ਤੁਹਾਨੂੰ ਅੱਗੇ ਪਤਾ ਹੈ, ਭਾਈ ਜਾਤ ਤੁਹਾਡਾ ਮਾਸ਼ਾਅੱਲਾ ਜਾਣੀ ਪਛਾਣੀ ਸ਼ਖਸੀਅਤ, ਦੁਨੀਆ ਸਾਰੀ ਵਿੱਚ, ਦੁਨੀਆ ਦੇ ਕੋਨੇ ਕੋਨੇ ਦੇ ਪਜਾਜ ਦੀ ਆਵਾਜ਼ ਗੂੰਜਦੀ ਏ, ਅਤੇ ਅਸੀਂ ਵੀ ਇਹਨਾਂ ਦੀ ਆਵਾਜ਼ ਤੋਂ ਫਾਇਦਾ ਚੁੱਕਦੇ ਹਾਂ, ਇਹਨਾਂ ਨੂੰ ਬੁਲਾਇਆ। ਮਸ਼ੀਨਾਂ ਨਵੇਂ ਮਾਡਲ ਦੀਆਂ ਆਈਆਂ ਨੇ, ਅਲਵਰਦਾ L520 ਏ, ਇਹ 99-2000 ਮਾਡਲ ਏ, ਉਹਦੇ ਨਾਲ ਅੱਗੇ ਅਸੀਂ 70 ਖਲੋਤੀ, 88-99 ਮਾਡਲ, ਇੰਜ ਕਰਕੇ ਅਸਾਂ ਕੋਸ਼ਿਸ਼ ਕੀਤੀ ਹੈ ਕਿ ਸ਼ੋਰੂਮ ਇੱਕ ਵਾਰੀ ਦੁਬਾਰਾ ਭਰ ਦਿੱਤਾ ਜਾਏ, ਤਾਂ ਕਿ ਜਿਹੜੇ ਹਾਲਾਤ ਖਰਾਬ ਇਸ ਮੁਲਕ ਦੇ ਹੋਏ ਨੇ, ਰੇਟ ਬੜੇ ਉੱਤੇ ਗਏ ਨੇ, ਅੱਜ ਪੈਜਾਜ਼ ਦੇ ਇੱਥੇ ਉਹਨੇ ਦੀ ਵਜ੍ਹਾ ਤੋਂ ਮੈਂ ਆਪਣੀ ਤਰਫੋਂ, ਅਸੀਂ ਸ਼ੋਰੂਮ ਦੀ ਤਰਫੋਂ ਪੈਜਾਜ਼ ਦੀ ਆਹਤ 'ਤੇ ਫੀ ਮਸ਼ੀਨ ਅਸੀਂ 30 ਲੱਖ ਰੁਪਈਆ ਰੇਟ ਜਿਹੜਾ ਪਿਛਲੇ ਸੀਜ਼ਨ 'ਚ ਉਸ ਤੋਂ ਘੱਟ ਕਰ ਰਹੇ ਹਾਂ। ਜੀ ਦੋਸਤੋ, ਵੀਰੋ ਸਾਡੇ ਭਾਈ ਸ਼ਫਾਕ ਦੀ ਤੁਸੀਂ ਗੱਲ ਸੁਣੀ ਹੈ, ਮੈਂ ਇੱਥੇ ਆਇਆ, ਮੈਂ ਦੱਸਿਆ, ਮੈਂ ਕਿਹਾ ਜੀ ਇਸ ਟਾਈਮ ਸੀਜ਼ਨ ਜਿਹੜਾ ਨਾ ਜ਼ਿਮੀਂਦਾਰਾਂ ਦਾ, ਮਸ਼ੀਨ ਮਾਲਕਾਂ ਦਾ ਨਹੀਂ ਪੂਰਾ ਲੱਗ ਰਿਹਾ, ਅਤੇ ਕੁਝ ਮੁਲਕੀ ਹਾਲਾਤ ਨਹੀਂ ਠੀਕ, ਅਤੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਮਸ਼ੀਨਾਂ ਕਾਫੀ ਮਕਦਾਰ ਜੇ ਖੜੀ ਹਨ, ਅਤੇ ਕੋਈ ਥੋੜ੍ਹਾ ਜਿਹਾ ਰੇਟ ਲੈਸ ਕਰੋ, ਕਿ ਜਿਸ ਟਾਈਮ ਜ਼ਿਆਦਾ ਰੂਜ 'ਤੇ ਕੰਮ ਹੋਵੇ ਚਲੋ ਉਸ ਟਾਈਮ ਉਤਾ ਲੈ ਜਾਓ, ਹੁਣ ਕੋਈ ਮੇਰੇ ਭਰਾਵਾਂ ਵੀਰਾਂ ਸਾਜਣਾ ਨੂੰ ਰਿਲੀਫ ਜ਼ਰੂਰ ਦਿਓ। ਮੁਕੰਮਲ ਵੀਡੀਓ ਸਾਡੇ ਨਾਲ ਨਾ ਰਹੇ ਹੋ, ਕਿਹੜੀ ਕਿਹੜੀ ਇੱਥੇ ਮਸ਼ੀਨ ਮੌਕੇ 'ਤੇ ਮੌਜੂਦ ਖੜੀ ਹੈ, ਮੁਕੰਮਲ ਡਿਟੇਲ ਤੁਹਾਨੂੰ ਹਰ ਮਸ਼ੀਨ ਦੀ ਮਿਲ ਜਾਏਗੀ। ਉਸ ਤੋਂ ਬਾਅਦ ਆਓ, ਵਿਜ਼ਿਟ ਕਰੋ, ਵਿਜ਼ਿਟ ਕਰਕੇ ਜਨਾਬਿਆ ਲਈ ਹੁਣ ਮਸ਼ੀਨਾਂ ਅੱਗੂ ਸੀਜ਼ਨ ਗੰਦਮ ਦਾ ਆਉਣਾ, ਹੁਣ ਚਾਵਲ ਵਾਸਤੇ ਫਿਲਹਾਲ ਕਿਸੇ ਮਸ਼ੀਨਾਂ ਨਹੀਂ ਲੈਣੀਆਂ, ਅਤੇ ਗੰਦਮ ਦੇ ਸੀਜ਼ਨ ਵਾਸਤੇ ਜਨਾਬਿਆ ਲਈ ਕਿਹੜੀ ਕਿਹੜੀ ਮਸ਼ੀਨ ਮੌਜੂਦ ਹੈ ਸਾਡੇ ਨਾਲ ਨਾ ਰਹੇ ਹੋ। ਅਤੇ ਭਾਈ ਸ਼ਫਾਕ ਦੀ ਮਿਹਰਬਾਨੀ, ਇਹਨਾਂ ਨੇ ਜਨਾਬਿਆ ਲਈ ਸਾਡੀ ਕੋਈ ਗੱਲ ਮੰਨੀ ਹੈ, ਮੈਂ ਆਖਿਆ ਜੀ ਥੋੜ੍ਹਾ ਜਿਹਾ ਆਸਰਾ ਕਰੋ, ਅਤੇ ਇਹਨਾਂ ਨੇ ਆਖਿਆ ਜੀ ਫ੍ਰੀ ਮਸ਼ੀਨ 30-35 ਲੱਖ 30 ਲੱਖ 25 ਲੱਖ, ਜਿਸ ਤਰੀਕੇ ਨਾਲ ਵੀ ਹੋ ਸਕਿਆ ਇਨਸ਼ਾਅੱਲਾ ਕੰਪਰੋਮਾਈਜ਼ ਕਰਕੇ ਮਸ਼ੀਨਾਂ ਅਸੀਂ ਘੱਟ ਰੇਟ 'ਤੇ ਦਿਆਂਗੇ। ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ, ਗੁਜਰਾਲੀ ਮਾਰਕੀਟ ਵਿਜ਼ਿਟ ਕਰੋ, ਉਸ ਤੋਂ ਬਾਅਦ ਇਹਨਾਂ ਦੇ ਕੋਲ ਆਓ, ਮੁੱਗੋਵਾਲ ਗੁਜਰਾਤ, ਮੁੱਗੋਵਾਲ ਗੁਜਰਾਤ ਜਨਾਬੇ ਲਈ, ਇਹ ਸ਼ਹੀਨ ਚੌਕ ਗੁਜਰਾਤ ਤੋਂ ਤਕਰੀਬਨ 15 ਕਿਲੋਮੀਟਰ ਵੀ 15 ਕਿਲੋਮੀਟਰ ਹੈ। ਅਗਰ ਫਾਲੀ ਵਾਲੀ ਸਾਈਡ ਤੋਂ ਆਓ ਤਾਂ ਤਕਰੀਬਨ ਕੋਈ 25-30 ਕਿਲੋਮੀਟਰ ਹੈ ਜੀ, 25 ਕਿਲੋਮੀਟਰ ਹੈ। ਅਤੇ ਆ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ, ਉਸ ਤੋਂ ਬਾਅਦ ਰੇਟ ਪੁੱਛਿਓ, ਗੁਜਰਾਲੀ ਮਾਰਕੀਟ ਵੀ ਫਿਰੋ। ਇਹ ਜ਼ਰੂਰੀ ਨਹੀਂ ਵੀ ਇੱਥੋਂ ਤੁਸੀਂ ਮਸ਼ੀਨ ਲੈਣੀ ਹੈ, ਜਿੱਥੋਂ ਵਾਰੇ 'ਚ ਲੱਭੇ, ਜਿੱਥੋਂ ਸੋਹਣੀ ਲੱਗੇ ਉੱਥੋਂ ਲੈ ਲਿਓ। ਅਤੇ ਮੁਕੰਮਲ ਮਸ਼ੀਨਾਂ ਸਾਡੇ ਤੋਂ ਡਿਟੇਲ ਵਿਖਾਉਂਦੇ ਜਨਾਬ, ਸਾਡੇ ਨਾਲ ਰਹਿਓ, ਮਿਹਰਬਾਨੀ ਸੱਜਣੋ ਵੀਰੋ। ਇਹ ਮਾਸ਼ਾਅੱਲਾ ਕਿਹੜਾ ਮਾਡਲ ਹੈ ਜੀ ਭਾਈ? ਇਹ ਜੀ ਮਾਡਲ ਉੱਤੇ ਪੱਟੀ ਤੇ 99, ਲੇਕਿਨ 2000 ਚ ਸਟਾਰਟ ਹੋਈ ਹੈ। ਇਹ ਬੜੇ ਘੱਟ ਮਾਡਲ ਆਏ ਨੇ, L520 ਨਿਊ ਹਾਲੈਂਡ ਅਲਵਰਦਾ, ਇਹ ਨਿਊ ਹਾਲੈਂਡ ਤੇ ਅਲਵਰਦਾ ਰਲ ਕੇ ਬਣਾਈ ਹੈ ਜੀ। ਜੀ ਬਿਲਕੁਲ, ਇਹ ਡਬਲ ਇਹਦੇ ਚ LCD ਲੱਗੀ ਹੈ, AC ਲੱਗੇ ਆ। ਅੱਛਾ ਜੀ, ਬਿਹਤਰੀਨ ਮਸ਼ੀਨ, ਇੱਕ ਵੇਖਿਆ ਇੰਝ ਲੱਗਦਾ ਜਿਵੇਂ ਕਾਰ ਹੁੰਦੀ ਹੈ ਵਿੱਚ। ਹਾਂਜੀ, ਇਹਦਾ ਫੀਡਰੋ ਸੀ ਬਹੁਤ ਲੰਬਾ ਜੀ। ਜੀ ਹਾਂ ਜੀ, ਫੀਡਰੋ ਦੂਜੀਆਂ ਮਸ਼ੀਨਾਂ ਨੂੰ ਇਹਦਾ ਲੰਬਾ, ਕਿਉਂਕਿ ਨਵੇਂ ਮਾਡਲ ਵਿੱਚ ਆ ਰਿਹਾ। ਸਹੀ, ਉਹਦੇ ਵਿੱਚ ਤੋਂ ਲੰਬਾ ਕਟਰ ਨੂੰ 15 ਫੁੱਟ ਹੈ ਜੀ। ਜੀ ਹਾਂ, ਕਟਰ 15 ਫੁੱਟ। ਇੰਜਣ ਇਸ 'ਤੇ ਕਿਹੜਾ ਹੁੰਦਾ ਜੀ? ਇਹਦੇ 'ਤੇ ਫੀਟ ਹੁੰਦਾ ਜੀ, ਵੱਡਾ ਫੀਟ ਇੰਜਣ ਹੁੰਦਾ ਇਹਨਾਂ ਦਾ। ਅੱਛਾ ਜੀ, ਸਪੈਸ਼ਲ ਕੰਪਨੀ ਦਾ ਆਪਣਾ ਇੰਜਣ ਹੁੰਦਾ। ਅੱਛਾ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਕਿਹੜੀ ਆ ਗਈ ਹੈਗੇ? 70 ਜੀ। ਦੂਜੇ ਨੰਬਰ 'ਤੇ ਜੀ 80-70 ਹੈ, ਫੀਟ ਇੰਜਣ ਵਾਲੀ ਮਸ਼ੀਨ ਹੈ, ਲੰਮੀ ਝੋਲੀ ਦਾ ਕਟਰ ਹੈ। ਅੱਛਾ ਜੀ, ਅਤੇ 88-99 ਵਾਲੀ ਮਸ਼ੀਨ ਹੈ, ਟਾਇਰ 4 ਨਵੇਂ ਨੇ, ਅਤੇ ਸੋਹਣੀ ਬਿਹਤਰੀਨ ਮਸ਼ੀਨ ਹੈ। 13 ਫੁੱਟ ਕਟਰ ਹੈ ਜੀ। ਜੀ ਹਾਂ, 13 ਫੁੱਟ ਕਟਰ ਨਾਲ। ਹਾਂਜੀ, ਲੰਮੀ ਝੋਲੀ ਦਾ ਦੋਸਤੋ ਚੈੱਕ ਕਰੋ, ਮਾਸ਼ਾਅੱਲਾ 31-30 ਦੇ ਟਾਇਰ ਨੇ, ਲੰਮੀ ਝੋਲੀ ਦਾ ਕਟਰ ਏ ਮਸ਼ੀਨ, ਆਪਣੇ ਪੂਰੀ ਆਰਡਰਾਂ ਦੇ ਵਿੱਚ ਆ ਰਹੇ ਟਾਇਰ ਨਵੇਂ ਨੇ। ਅਤੇ ਫਿਰ ਮੌਕੇ 'ਤੇ ਆ ਕੇ ਰਾਬਤਾ ਜ਼ਰੂਰ ਕਰੋ ਇਹਨਾਂ ਨਾਲ। ਅੱਗੇ ਆ ਗਏ ਜਨਾਬੇ ਵਾਲੀ ਜੀ, ਅੱਗੇ 36-50 ਅੱਗੇ ਕੈਬਨ ਚਿੱਟਾ, ਲੇਕਿਨ ਮਾਡਲ ਕਾਲੇ ਵਿੱਚ, ਨਵੇਂ ਮਾਡਲ ਵਿੱਚ ਮਸ਼ੀਨ, ਨਵੇਂ ਮਾਡਲ ਦੀ ਕੈਬਨ, ਪੁਰਾਣੇ ਮਾਡਲ ਦਾ ਕੈਬਨ ਨੀਰਾ ਵਾਈਟ ਏ ਕੈਬਨ। ਅੱਗੇ 80-70 ਏ, ਫੀਟ ਇੰਜਣ ਵਿੱਚ, 82 ਮਾਡਲ ਏ, 13 ਫੁੱਟ ਕਟਰ ਨਾਲ। ਲਓ ਦੋਸਤੋ, ਅੱਗੇ ਜਨਾਬੇ ਵਾਲੀ ਤੁਹਾਨੂੰ 82 ਮਾਡਲ ਮਸ਼ੀਨ ਨਜ਼ਰ ਆ ਰਹੀ ਹੈ, ਕੈਮਰਾਮੈਨ ਤੁਹਾਨੂੰ ਵਿਖਾ ਰਿਹਾ, ਜੋ ਹੋਵੇਗਾ ਇਨਸ਼ਾਅੱਲਾ ਉਹ ਦੱਸਿਆ ਜਾਵੇਗਾ। ਉਸ ਤੋਂ ਬਾਅਦ ਜਨਾਬੇ ਵਾਲੀ ਕੋਈ ਮੇਰਾ ਭਰਾ ਵੀਰ ਲੈਣਾ ਹੋਵੇ ਮਸ਼ੀਨ, ਸੈਲਜ ਮਸ਼ੀਨ,
ਇਹ 4500 ਕੈਂਪਰ ਕਟਰ ਹੈ ਜੀ ਜਾਂ 4500 ਕਟਰ ਹੈ ਤੇ 2007 ਮਾਡਲ FX50 ਆਊਟ ਕਲਾਸ ਕੰਡੀਸ਼ਨ ਦੀ ਜਾਂ ਇਹਦਾ ਕੈਂਪਰ ਵੀ ਮਾਸ਼ਾਅੱਲਾ ਬੜਾ ਬਿਹਤਰੀਨ ਹੈ ਜਿਹੜਾ ਦੋਸਤ ਆਇਆ ਨੇ ਵੇਖਿਆ ਉਹਨਾਂ ਆਖਿਆ ਜੀ ਬਹੁਤ ਅੱਛਾ ਕੈਂਪਰ ਹੈ ਮਸ਼ੀਨ ਦੀ ਕੰਡੀਸ਼ਨ ਬਿਹਤਰੀਨ ਹੈ 4x4 ਜੀ ਜਾਂ ਜੀ ਦੋਸਤੋ ਇਹ ਸੈਲਜ ਮਸ਼ੀਨ ਤੋਂ ਬਾਅਦ ਜਨਾਬ ਫਿਰ ਅੱਗੇ ਆ ਗਿਆ 8055 ਦਾ ਨੰਬਰ 8055 ਮਸ਼ੀਨ ਇੱਥੇ ਮੌਜੂਦ ਹੈ ਜਨਾਬ 18430 ਦੇ ਟਾਇਰ ਨੇ ਇਹ ਕਿਹੜਾ ਮਾਡਲ ਜੀ ਇਹ 84 ਮਾਡਲ ਹੈ ਅੱਛਾ 84 ਮਾਡਲ ਹੈ ਜਾਂ ਨਵੇਂ ਮਾਡਲ 'ਚ ਆਉਂਦੀ ਤਾਂ ਫਿਰ ਕਟਰ ਨੂੰ ਦੂਜਾ ਆਉਣਾ ਸੀ ਹਾਂਜੀ ਹਾਂਜੀ ਦੋਸਤੋ 84 ਮਾਡਲ ਮਸ਼ੀਨ ਆ ਗਈ ਜਨਾਬੇ ਵਾਲੀ 8055 13 ਫੁੱਟ ਕਟਰ ਇਹਨਾਂ ਨੂੰ ਜਾਂ ਆਪਣੇ ਰੰਗ ਰੂਪ 'ਚ ਉਸ ਤੋਂ ਬਾਅਦ ਜਨਾਬ ਛੋਟੀ ਮਸ਼ੀਨ MX132 ਵੀ ਜਨਾਬ ਇੱਥੇ ਮੌਕੇ 'ਤੇ ਮੌਜੂਦ ਹੈ ਜਾਂ ਉਹਦੇ 3650 ਹੈ ਸੁਰਖ ਕੈਬਨ 'ਚ ਉਹ ਵਿਖਾਓ ਜਲ ਕੇ ਕੋਈ ਇਹ 3650 ਦੇ ਨਾਲ ਦੋਵੇਂ ਕਟਰ ਜੇ ਕਿ ਇੱਕ ਕਟਰ ਹੈ ਜੀ ਇਹਦੇ ਨਾਲ ਮਕਈ ਵਾਲਾ ਤੇ ਇਹਦੇ ਨਾਲ ਦੂਜੇ ਇੱਕ ਕਟਰ ਹੈ ਮਤਲਬ ਇੱਕ ਕੀ ਹੈ ਦੋ ਕਟਰ ਨਹੀਂ ਆਏ ਨਾ ਇੱਕ ਕਟਰ ਹੈ ਹਾਂਜੀ ਦੋਸਤੋ ਮੱਕੀ ਵਾਲਾ ਰੇਟ ਬੜੇ ਜਾਇਦ ਨੇ ਜਿਹੜੇ ਸਾਡੇ ਕੋਈ ਗਰੀਬ ਕਿਸਾਨ ਨੇ ਉਹਨਾਂ ਵਾਸਤੇ ਸਪੈਸ਼ਲ ਆਫਰ ਹੋਵੇ ਦੀ ਠੀਕ ਹੈ ਜੀ ਜਾਂ ਇਹ ਮੱਕੀ ਵਾਲਾ ਕਿਸੇ ਮੇਰੇ ਭਰਾ ਨੇ ਮੱਕੀ ਦਾ ਕਾਰੋਬਾਰ ਕਰਨਾ ਹੋਵੇ ਮੱਕੀ ਵਾਲਾ ਕਟਰ ਨਾਲ ਜਨਾਬੇ ਵਾਲੀ ਇਹ ਬਾਹਰੋਂ ਜਨਾਬੇ ਦੀ ਮੱਕੀ ਕੱਟਦੀ ਆਈ ਹੈ ਮੁਕੰਮਲ ਸਮਾਨ ਦੇ ਵਿੱਚ ਮੱਕੀ ਵਾਲਾ ਹੀ ਹੋਵੇ ਦਾ ਜਾਂ ਬਿਲਕੁਲ ਕੰਪਲੀਟ ਇਹ 3650 ਮਸ਼ੀਨ ਹੈ ਜੀ ਜਾਂ ਇਸ ਤੋਂ ਬਾਅਦ ਇਹ ਮਸ਼ੀਨ ਜਿਹੜੀ ਆਪਣਾ ਜੀ 3750 ਹੈ ਜਾਂ ਇਹ ਆਪਣਾ ਮਸ਼ੀਨ ਨਵੇਂ ਮਾਡਲ ਦੀ ਕੇਬਲ ਪੁਰਾਣੇ ਮਾਡਲ ਨਹੀਂ ਨਹੀਂ ਇਹ ਪੁਰਾਣਾ ਮਾਡਲ ਹੀ ਪੁਰਾਣਾ ਅੱਛਾ ਮਾਡਲ ਹੀ ਪੁਰਾਣਾ ਹੈ ਪੱਟੀ ਕਾਲੀ ਲੱਗੀ ਹੈ ਇਹਨੂੰ ਨਹੀਂ ਨਹੀਂ ਉਹ ਪੱਟੀ ਵੈਸੇ ਹੀ ਹੈ ਅੱਛਾ ਅੱਛਾ ਜੀ ਹਾਂ ਮਾਡਲ ਇਹ ਕੈਬਨ ਨੇ ਸੁਰਖ ਹੈ ਉਹ 3650 ਹੋ ਗਈ ਹੈ 3750 ਹੋ ਗਈ 3750 ਇਹ 1550 ਐਸ ਮਰਸਡੀਜ਼ ਇੰਜਨ ਡਬਲ ਹੈਡ ਲੋ ਦੋਸਤੋ ਵੀਰੋ ਸੱਜਣੋ ਇਹ 1550 ਐਸ ਮਸ਼ੀਨ ਜੇ ਡਬਲ ਹੈਡ ਮਰਸਡੀਜ਼ ਜੀ ਡਬਲ ਹੈਡ ਮਰਸਡੀਜ਼ ਹੈ ਇਸ ਤੋਂ ਬਾਅਦ ਜਨਾ ਫਿਰ ਅੱਗੇ ਆ ਗਈ M152 ਜੀ ਫੀਅਟ ਇੰਜਨ ਹੈ ਹਾਂਜੀ M152 ਜਨਾਬੇ ਵਾਲੀ ਕਿਸੇ ਮੇਰੇ ਭਰਾ ਸੱਜਣ ਵੀਰ ਤੂੜੀ ਤੇ ਕਰਾਣੀ ਹੋਵੇ ਕੰਮ ਕਰਨਾ ਹੋਵੇ ਤੇ ਇਹ ਵੀ ਅੱਛੀ ਹੈ ਉਹ ਪੇ ਆ ਮਗਰ ਪਾਣੇ ਵਾਲਾ ਪੜੋਲਾ ਵੀ ਅਗਰ ਕਿਸੇ ਲੈਣਾ ਹੋਵੇ ਤਾਂ ਉਹ ਵੀ ਪੇ ਅੱਛਾ ਤੂੜੀ ਵਾਲਾ ਸਿਸਟਮ ਹੀ ਨਾਲ ਹੈ ਸਿਸਟਮ ਹੀ ਨਾਲ ਮੁਕੰਮਲ ਕੰਮ ਜਨਾਬ 80-70 ਆ ਗਈ ਜਨਾਬੇ ਵਾਲੀ 82 ਮਾਡਲ 17 ਫੁੱਟ ਕਟਰ ਇੰਜਨ ਫੀਅਟ ਮਾਸ਼ਾਅੱਲਾ ਜੀ ਲਓ ਜੀ 80-80 ਆ ਗਈ ਫੀਅਟ ਦੇ ਵਿੱਚ ਜਨਾਬ ਕਟਰ 17 ਫੁੱਟ 30 ਦੇ ਟਾਇਰ ਕੰਡੀਸ਼ਨ ਤੁਹਾਡੇ ਸਾਹਮਣੇ ਵੇ 82 ਮਾਡਲ ਪੁਰਾਣੇ ਰੰਗ 'ਚ ਐਸੀ ਆ ਗਈ ਜਨਾਬੇ ਵਾਲੀ 17 ਫੁੱਟ ਕਟਰ 84 ਮਾਡਲ ਇਹ ਨਵੇਂ ਰੰਗ 'ਚ ਉਸੇ ਰੰਗ 'ਚ ਹੈ ਪੁਰਾਣੇ ਰੰਗ 'ਚ ਹੈ ਇਹ ਵੀ ਪੁਰਾਣੇ ਰੰਗ 'ਚ 84 ਮਾਡਲ ਜਨਾਬੇ ਵਾਲੀ ਕਟਰ 17 ਫੁੱਟ ਉਸ ਤੋਂ ਬਾਅਦ 80-60 ਮਸ਼ੀਨ ਆ ਗਈ ਅੱਗੇ ਜਨਾਬੇ ਵਾਲੀ ਇੰਜਨ ਫੀਅਟ ਆ ਗਿਆ 13 ਫੁੱਟ ਕਟਰ ਆ ਗਿਆ ਜੀ 80-60 ਐਕਸਲਾਂ ਦੇ ਵਿੱਚ ਜੀ 80-60 ਫੋਰਡ ਇੰਜਨ ਵਾਲੀ ਲਓ ਜੀ ਇੰਜਨ ਆ ਗਿਆ ਫੋਰਡ ਜਨਾਬੇ ਵਾਲੀ ਫੋਰਡ ਜਾਣੇ ਤੇ ਰੋਡ ਜਾਣੇ ਹਾਂ ਇਹ 80-60 ਜਨਾਬੇ ਵਾਲੀ ਫੋਰਡ ਵਿੱਚ ਵੀ ਆ ਜੇ 3400 ਮਸ਼ੀਨ ਨਵੇਂ ਮਾਡਲ ਦੀ 3400 ਨਵੇਂ ਮਾਡਲ ਦੀ ਜੀ 1540 ਸੋਹਣੀ ਮਸ਼ੀਨ ਇਹ ਚੈੱਕ ਕਰੋ ਜੀ ਇੱਕ ਬੁਲਬੁਲ ਦਾ ਬੱਚਾ ਲਾਲ ਰੰਗ ਦੇ ਵਿੱਚ ਜੀ ਜਾਂ 3400 ਪੂਰੀ ਜਨਾਬ ਮਸ਼ੀਨ ਤੇ ਕਾਲੇ ਕੇਬਨ ਵਿੱਚ ਤੇ ਨਵੇਂ ਮਾਡਲ 'ਚ ਕਿੰਨੀ ਚੱਲੀ ਹੈ ਲਓ ਜੀ ਮੁਨਸ਼ੀ ਸਾਹਿਬ ਕਹਿ ਰਹੇ ਨੇ ਸਿਰਫ 1500 ਘੰਟਾ ਚੱਲੀ ਹੈ ਅੱਗੋਂ ਤੁਸੀਂ ਖੁਦ ਆ ਕੇ ਉੱਤੋਂ ਵੇਖ ਲੈਣਾ ਅੱਗੇ ਇੱਕ ਵੱਡਾ ਜਹਾਜ਼ ਆ ਗਿਆ ਜਨਾਬੇ ਵਾਲੀ 3790 ਦਾ ਜੀ 3790 ਇਹ ਜਹਾਜ਼ ਆ ਗਿਆ ਜਨਾਬ ਵੱਡਾ 3790 ਟਾਇਰ ਉਹਨੂੰ ਬਿਲਕੁਲ 0 ਮੀਟਰ ਪਾ ਦਿੱਤੇ ਸਟਾਰ ਮੈਕਸ ਦੇ ਜਨਾਬੇ ਵਾਲੀ 30 ਦੇ ਇਹ ਦੋ ਤਰੇ ਵੇਖ ਲਈ ਜੀ ਫਿਰ ਇਹ ਮਰਸਡੀਜ਼ ਇੰਜਨ ਵਿੱਚ ਬ੍ਰੇਕ ਲਾਈ ਉਸਤਾਦ ਕਿਹੜਾ ਮਾਡਲ ਹੈ ਮੁਰਸ਼ ਸਾਹਿਬ 81 ਮਾਡਲ ਸਿੰਗਲ ਹੈਡ ਇੰਜਨ ਹਾਂਜੀ ਦੋਸਤੋ 81 ਮਾਡਲ ਹੈ ਸਿੰਗਲ ਹੈਡ ਮਰਸਡੀਜ਼ ਇੰਜਨ ਹੈ 15 ਫੁੱਟ ਬਲੇਟ ਹੈ 2126 ਦੇ ਟਾਇਰ ਨੇ ਉਸ ਤੋਂ ਬਾਅਦ ਜਨਾਬ ਅੱਗੇ ਸਮੀਕਾ ਆ ਗਈ M132 ਇਹ ਫੀਅਟ ਜੀ ਫੀਅਟ ਇੰਜਨ ਤੇ ਬਲਬਕਸੇ ਵਿੱਚ ਜਨਾਬ ਇਹ ਛੋਟੇ ਜ਼ਿਮੀਂਦਾਰ ਵਾਸਤੇ ਜਨਾਬ ਬਹੁਤ ਸ਼ਾਨਦਾਰ ਪੁਰਜ਼ਾ ਹੈ ਬੜੀ ਮਜ਼ਬੂਤ ਤਰੀਨ ਮਸ਼ੀਨ ਹੈ ਉਸ ਤੋਂ ਬਾਅਦ ਅੱਗੇ 80-50 ਆ ਗਈ ਫੋਰਡ ਇੰਜਨ ਦੇ ਵਿੱਚ ਬੜੀ ਸੋਹਣੀ ਮਸ਼ੀਨ ਹੈ ਬੜੀ ਬਾਡੀ ਵਾਈਜ਼ ਬਹੁਤ ਅੰਦਰੋਂ ਸਾਫ਼ ਮਸ਼ੀਨ ਹੈ ਹਾਂਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਬੋਮ ਇਹਨੂੰ ਨਵੇਂ ਮਾਡਲ ਦਾ ਆਇਆ ਜੇ ਅਤੇ ਮਸ਼ੀਨ ਪੁਰਾਣੇ ਰੰਗ 'ਚ ਕੈਬਨ ਵੀ ਨਵੇਂ ਮਾਡਲ ਦਾ ਅਤੇ ਬੋਮ ਵੀ ਨਵੇਂ ਮਾਡਲ ਦਾ ਅਤੇ ਆਊਟ ਕਲਾਸ ਮਸ਼ੀਨ ਹੈ 13 ਫੁੱਟ ਕਟਰ ਹੈ ਇਸ ਤੋਂ ਬਾਅਦ ਹੋਰ ਮਸ਼ੀਨਾਂ ਤੁਹਾਨੂੰ ਵਿਖਾਉਂਦੇ ਅੱਗੇ ਆਓ ਜਨਾਬ ਇਹਦੇ ਟੁਰਦਿਆਂ ਦੀ ਬਣਾਇਆ ਇੱਕ ਵਾਰੀ 80-85 ਕੀ ਅੱਛਾ ਅੱਛਾ ਉਹ ਨਵੇਂ ਮਾਡਲ ਦੀ
80-60। हाँ जी दोस्तों चेक करो 80-60 मशीन फोर्ड इंजन है जी। फीएट फीएट। अच्छा इस तो फीएट है जी। एक्सलां जी जी। मॉडल 82 मॉडल जनाब वाली फीएट इंजन ते 13 फुट कटर। 13 फुट कटर ते 26 दा टायर जनाब। अगे आ गया जनाबे वाली अप मॉडल की मशीन जनाब 80-55। ये 88 मॉडल है जनाबे वाली इंजन से तुम्हें पता ही है फोर्ड ही आता है। पर जाके विखाओ जी सारी मशीन पिछू कोमा वो चेक लंबी झोली का जनाबे वाली 13 फुट कटर इन क्या बात है जनाबे वाली कटर का फिर मुल ही कोई नहीं ना ही 13 फुट लंबी झोली के कटर हूँ लभद जनाब। टायर ने लंबी झोली का कटर है इंजन फोर्ड ही आता इस तो बाद जनाबे वाली आ गई 80-70 जी। 80-70 मर्सिडीज सिंगल ये सिंगल हेड मर्सिडीज जनाब 89 मॉडल ते कटर लंबी झोली दा नु नहीं कटर नॉर्मल है आगर लंबी झोली दा आगर बड़ा है ना जी जी आगर बड़ा है गोरे आगर लंबी झोली दा जनाबे वाली गोरे पात है जी ते कटर जनाबे वाली ओ 89 मॉडल दा पुराने डंडियां दा कट गल करो गोरन जो जरूरत पेश पई है ना मैं आगर पाना तूने फिर 0 मीटर ही पाना सी है गल पाकिस्तान च होंदी है एक पुराना मॉडल ते पुराना ही आगर उन्हें आगर जो रख दित्ता है आगर उस बिल्कुल नवा पाया क्या बात है जनाब माशाल्लाह जी। और दोस्तों बाकी मशीन एक लैब रही है ओरा भी तुम रिव्यू कराने जी साडे नाल ना रहे एक 132 ओ खड़ी ओ दे अगे भी जेडी निकलदी है पियो बहाने आ मुड़ियां। हां जी दोस्तों वीरो मुकम्मल शोरूम ते केड़ी केड़ी मशीन खड़ी है केड़ा केड़ा मॉडल खड़ा है केड़े केड़े टायर ने केड़ा केड़ा कटर है मुकम्मल डिटेल दे रहे हैं। इस गल दी साडी गारंटी होवेगी कि इस शोरूम दे उत्ते जेड़ियां मशीनां खड़ियां ने ना सुरखी है ना पाउडर है ना मेकअप है ओरिजिनल रंग है। अक्सर शोरूमां दे उत्ते मशीनां आउंदियां ने वह लैन लगियां तो होर होंदियां ने उस तो बाद जना बन होर जांदियां ने फिर मेरे भरा आ के वेंदे ने कि मशीन है की ते होया की इथे टोटल एक ते रीकंडीशन मशीन आउंदी है उस तो बाद जनाबे वाली ये बिल्कुल इस अपना शोरूम ते ना जी ये रंग पेंट मशीनां नू बिल्कुल नहीं करदे जो आ रहा गोरे दे सिस्टम दे मगरों ओ ही तुहाडे सामने रख दिता गया ते बाकी भाई शवाक ने ये मीडिया के जरिए साढ़े जरिए जनाब ऐलान कराया कि इंशाल्लाह जनाब जो मशीन साढ़े को मौके पर मौजूद ने एक मिसाल देने कि जी 1.5 करोड़ की मशीन है कम से कम वो तो 30 लाख रुपया सस्ती मिलेगी जी 2.5 करोड़ की सी 30 लाख रुपया थले आ जाएगी तो आ के चैक जरूर करो रेट। बाकी जनाब वीडियो साड़ी चंगी लगे लाइक सबसक्राइब बनता वो कर दौ गल्ला साड़ियाँ चंगी लगन साढ़े वास्ते दुआ कर दौ तो मुल्के पाकिस्तान वास्ते दुआ जरूर करो कि मुल्के पाकिस्तान का कुछ बन जाए अगर मुल्क बच गया तो असं बच जाते अगर असी ना बचे तो मुल्क नहीं बचना इस वास्ते खुदारा जोड़ा जो मेरा भरा वीडियो वेखे एक शेयर जरूर करो तो दूजा हजूर सल्लल्लाहु अलैहि वसल्लम सदके जनाबे वाली जरा दुआ जरूर करो कि साड़ा मुल्क पाकिस्तान मुसलमानों का मुल्क है कि यहाँ ना दिन की दुनिया तक रहे तो जोड़े मेरे भरा हुकमरान सज्जन वीर है ने इस मुल्क का सोचन अपनी लड़ाइया छड़ दे तो मेहरबानी का मुर्शिदा तुम की कह रहे जे पाक एग्रो एग्रो पाक एग्रो एग्रीकल्चर जी। हाँ जी पाक एग्रो का जनाबे वाली अपना पेज बनाया गया मुंशी साहब ने बनाया उससे वीडियो वगैरह मशीन की डिटेल वगैरह दी जा रही है असी वो मैनशन करा दे नाल ते उन्हां नूं फॉलो जरूर करो आखिरी जुमले नाल बसदे रहो सजनो मेहरबानी भाई इशवाक सानूं बुलाया जी एक बारी फिर जी बहुत बहुत शुक्रिया भाई जाज दा इन्हां दे तवसत नाल साडी आवाज़ दुनिया ते पहुँचदी है ये तो माशाल्लाह अगे जानी पछाणी शख्सियत ने हर दुनिया के कोने कोने ते सुने जांदे ने ते एक बारी फिर मैं दोबारा ऐलान जिहड़ा इन्हां दी वजह तों कीता है कि फी मशीन 30 लाख रुपया तुसीं आप जदों आवो ते वेखो ते वो इन्हां दे नावें दा 30 लाख रुपया घट रेट होवेगा। हाँ जी दोस्तों वीरों सजो एक बार आकर रेट चैक करो मार्केट का चैक करो फिर एक करो तो फिर मैंने दस्यो भी रेट वाकई इन्हें घटाया कि वध मांग के घटाया ये राबता जरूर करो कमेंट से दस्यो फोन नंबर भी हर मेरा भरा सजन वीर जानता है आखिरी जुमले बसते रहो सजनो ज्यादा चाहना तो भरा इजाजत तरण शुक्रिया जनाब मेहरबानी शुक्रिया ओके।